ਅਸੀਂ ਅੰਮ੍ਰਿਤਸਰ ਇਹ ਬਲਾਗ ਵਿੱਚ ਰਣਜੀਤ ਜੈਵਨੂ ਡਾਕਟਰ ਹਰਜੋਤ ਸਿੰਘ ਨਾਲ ਜੁੜੇ ਆ ਜਿਹੜੇ ਕਰੋਨਾ ਮਹਾਮਾਰੀ ਦੇ ਚੱਲਦੇ ਆ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਥੋੜਾ ਜਿਆ ਅਵੇਅਰ ਕਰਨ ਕਿਉਂਕਿ ਡਾਕਟਰ ਜਿਹੜੇ ਨੇ ਇਸ ਵੇਲੇ ਮਸੀਹਾ ਬਣ ਕੇ ਲੋਕਾਂ ਦਾ ਲੋਕਾਂ ਦੀ ਸੇਵਾ ਕਰ ਰਹੇ ਨੇ ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੈਂ ਚਾਹਨਾ ਕਿ ਲੋਕਾਂ ਨੂੰ ਥੋੜੇ ਜਿਹਾ ਸੁਝਾਅ ਦਿੱਤੇ ਜਾਣ ਅ ਕਰੋਨਾ ਦੀ ਮਹਾਮਾਰੀ ਜਿਸ ਹਿਸਾਬ ਸੇ ਸਾਰੀ ਦੁਨੀਆ ਦੇ ਅੰਦਰ ਫੈਲੀ ਆ ਔਰ ਸਾਰੀ ਦੁਨੀਆ ਨੂੰ ਜਿਸ ਹਿਸਾਬ ਸੇ ਇਸ ਨੇ ਅਫੈਕਟ ਕੀਤਾ ਔਰ ਸਾਰੇ ਬਿਜ਼ਨਸ ਔਰ ਬਾਕੀ ਹੈਲਥ ਕੇਅਰ ਫੈਸਿਲਿਟੀਆਂ ਨੂੰ ਅਫੈਕਟ ਜਿਸ ਤਰੀਕੇ ਕੀਤਾ ਹੈ ਇਸ ਨੇ ਇਹਨੂੰ ਅਸੀਂ ਸਾਰੇ ਜੁਨੇ ਰਲ ਕੇ ਹੀ ਕੰਟਰੋਲ ਕਰ ਸਕਦੇ ਆ ਇਹਦੇ ਵਿੱਚ ਕੱਲਾ ਡਾਕਟਰਸ ਦਾ ਜਾਂ ਕੱਲਾ ਐਡਮਿਨਿਸਟਰੇਟਰਸ ਦਾ ਜਾਂ ਕੱਲਾ ਸਾਡੇ ਦੇਸ਼ ਨੂੰ ਚਲਾਉਣ ਵਾਲਿਆਂ ਦਾ ਇਕੱਲਾ ਰੋਲ ਨਹੀਂ ਹੈ ਪਰ ਹਰ ਉਸ ਬੰਦੇ ਦਾ ਰੋਲ ਹੈ ਜਿਹੜਾ ਇੱਕ ਦੂਸਰੇ ਪਰਸਨ ਦੇ ਕੰਟੈਕਟ ਵਿੱਚ ਆ ਰਿਹਾ ਇਸ ਦੇ ਲਈ ਮੈਂ ਸਾਰਿਆਂ ਨੂੰ ਇਹੀ ਐਡਵਾਈਸ ਕਰੂੰਗਾ ਕਿ ਸਾਰੇ ਜਣੇ ਸੋਸ਼ਲ ਡਿਸਟੈਂਸਿੰਗ ਜਾਂ ਫਿਜ਼ੀਕਲ ਡਿਸਟੈਂਸਿੰਗ ਨੂੰ ਮੇਨਟੇਨ ਕਰਨ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਜਿਹੜੇ ਫੰਕਸ਼ਨਸ ਔਰ ਸੋਸ਼ਲ ਗੈਦਰਿੰਗਸ ਹੈਗੀਆਂ ਨੇ ਉਹਦੇ ਵਿੱਚ ਨਾ ਜਾਣ ਔਰ ਜਿਹੜੇ ਮਾਸਕਸ ਹੈਗੇ ਆ ਔਰ ਸੈਨੀਟਾਈਜ਼ਰਸ ਦਾ ਸਹੀ ਢੰਗ ਦੇ ਨਾਲ ਉਪਯੋਗ ਕਰਨ ਔਰ ਜਿਹੜੀ ਇਸ ਮਹਾਮਾਰੀ ਹੈਗੀ ਹੈ ਇਸ ਨੂੰ ਫੈਲਣ ਦੇ ਵਿੱਚ ਰੋਕਣ ਦੇ ਲਈ ਸਰਕਾਰ ਦਾ ਪੂਰੀ ਤਰ੍ਹਾਂ ਸਹਿਯੋਗ ਕਰਨ ਟਾਈਮ ਟੂ ਟਾਈਮ ਜਿਹੜੀਆਂ ਵੀ ਗਾਈਡਲਾਈਨਸ ICMR ਵੱਲੋਂ ਜਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਪ੍ਰੋਪਰ ਤੌਰ ਤੇ ਪਾਲਨ ਕਰਨ ਡਾਕਟਰ ਆਮ ਗੱਲ ਮੈਂ ਸੁਣਦਾ ਹਾਂ ਕਿ ਕਾਵਾ ਪੀਣਾ ਚਾਹੀਦਾ ਕਵਿਦਾ ਕਿਥੋਂ ਤੱਕ ਤੇ ਕਿੰਨਾ ਫਾਇਦਾ ਹੈ ਜਿਹੜੀਆਂ ਵੀ ਚੀਜ਼ਾਂ ਇਮਿਊਨਿਟੀ ਨੂੰ ਬੂਸਟ ਕਰਦੀਆਂ ਨੇ ਜਾਂ ਇਮਿਊਨਿਟੀ ਨੂੰ ਬਣਾ ਕੇ ਰੱਖਦੀਆਂ ਨੇ ਉਹ ਚੀਜ਼ਾਂ ਸਾਨੂੰ ਲੈਣੀਆਂ ਚਾਹੀਦੀਆਂ ਹੈ ਹੈਲਦੀ ਨਿਊਟ੍ਰੀਸ਼ਸ ਬੈਲੈਂਸਡ ਡਾਈਟ ਜਿਹੜੀ ਹੈਗੀ ਹੈ ਉਹ ਲੈਣੀ ਚਾਹੀਦੀ ਹੈ ਅ ਜਿਹੜੀਆਂ ਵੀ ਗਾਈਡਲਾਈਨਸ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜੀਆਂ ਸਰਕਾਰ ਦਿੰਦੀ ਹੈ ਕਿ ਆਹ ਡਾਈਟਰੀ ਪਲਾਨਸ ਜਿਹੜੇ ਹੈਗੇ ਨੇ ਉਹ ਹੋਣੇ ਚਾਹੀਦੇ ਨੇ ਜਦੇ ਅੰਦਰ ਇਨਾਫ ਲਿਕੁਇਡਸ ਬੰਦੇ ਨੂੰ ਲੈਣੇ ਚਾਹੀਦੇ ਨੇ ਨਿਊਟ੍ਰੀਸ਼ਸ ਡਾਈਟ ਦੇ ਅੰਦਰ ਫਰੂਟਸ ਦੀ ਸੇਵਨ ਆ ਗਿਆ ਹੋਰ ਚੀਜ਼ਾਂ ਆ ਗਈਆਂ ਨੇ ਉਹ ਚੀਜ਼ਾਂ ਜਰੂਰ ਲੈਣੀਆਂ ਚਾਹੀਦੀਆਂ ਨੇ ਔਰ ਜਿਹੜਾ ਸਮਝ ਲਓ ਕਿ ਆ ਵਿਟਾਮਿਨ ਸੀ ਹੈਗਾ ਉਹ ਜਰੂਰ ਲੈਣਾ ਚਾਹੀਦਾ ਹੈ ਗਰਮ ਚੀਜ਼ਾਂ ਜਿਹੜੀਆਂ ਨੇ ਜਿਸ ਤਰ੍ਹਾਂ ਚਾਹ ਕਾਵਾ ਸੂਪਸ ਇਹੋ ਜਿਹੀਆਂ ਚੀਜ਼ਾਂ ਹੋ ਗਈਆਂ ਉਹ ਜਰੂਰ ਲੈਣੀਆਂ ਚਾਹੀਦੀਆਂ ਨੇ ਗਰਮ ਲਿਕੁਇਡਸ ਜਿਹੜੇ ਹੈਗੇ ਉਹ ਲੈਣੇ ਚਾਹੀਦੇ ਨੇ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਾਵੇ ਬਿਲਕੁਲ ਲੈਣੇ ਚਾਹੀਦੇ ਆ ਤੁਸੀਂ ਸਰ ਆਪਣੀ ਲਾਈਨ ਦੇ ਕੁਝ ਸੁਝਾਅ ਦਿਓ ਤੁਸੀਂ ਡਾਕਟਰ ਜਿਹੜੇ ਕਿ ਆਪਣੇ ਤੁਸੀਂ ਇਸ ਚੀਜ਼ ਨੂੰ ਖਾਸ ਤੌਰ ਤੇ ਦੇਖ ਦਿਓ ਉਹਦੇ ਥੋੜਾ ਜਿਹਾ ਸਾਝ ਰੱਖ ਸਭ ਕੀ ਕਹਿਣਾ ਚਾਹੁੰਦੇ ਹੋ ਅ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਨੇ ਕਿ ਮੈਂ ਇੱਕ ਨਿਊਰੋਸਾਈਕੀਆਟ੍ਰਿਸਟ ਹੈਗਾ ਔਰ ਜਿਹੜਾ ਮੇਰਾ ਫੀਲਡ ਆ ਇਹਦੇ ਅੰਦਰ ਹੁਣ ਲੋਕਾਂ ਦੇ ਅੰਦਰ ਇਸ ਚੀਜ਼ ਦਾ ਪ੍ਰਭਾਵ ਬਹੁਤ ਜ਼ਿਆਦਾ ਫੈਲ ਰਿਹਾ ਲੋਕੀ ਬਹੁਤ ਜ਼ਿਆਦਾ ਸਟ्रेस ਦੇ ਅੰਦਰ ਹੈਗੇ ਨੇ ਔਰ ਲੋਕ ਕਾਫੀ ਜਿਹੜੇ ਲੋਕ ਹੈ ਕਿ ਇਸ ਤੋਂ ਬਹੁਤ ਡਰੇ ਹੋਏ ਨੇ ਔਰ ਲੋਕਾਂ ਨੂੰ ਪੈਨਿਕ ਔਰ ਐਂਗਜ਼ਾਇਟੀ ਡਿਸਆਰਡਰਸ ਔਰ ਡਿਪਰੈਸ਼ਨ ਬਹੁਤ ਜ਼ਿਆਦਾ ਆ ਰਿਹਾ ਹੈਗਾ ਜਿਵੇਂ ਲੋਕਡਾਊਨ ਦੇ ਕਰਕੇ ਲੋਕਾਂ ਦੇ ਜਿਹੜੇ ਸਮਝ ਲੋ ਕਿ ਵਪਾਰ ਹੈਗਾ ਔਰ ਕੰਮਕਾਰ ਹੈਗਾ ਉਹ ਕਾਫੀ ਹੱਦ ਤੱਕ ਠੱਪ ਹੋ ਗਏ ਨੇ ਸੋ ਇਹਦੇ ਕਾਰਨ ਜਿਹੜਾ ਹੈਗਾ ਡਿਪਰੈਸ਼ਨ ਔਰ ਐਂਗਜ਼ਾਇਟੀ ਇਹ ਬੜੀਆਂ ਕਾਮਨ ਚੀਜ਼ਾਂ ਆ ਰਹੀਆਂ ਨੇ ਔਰ ਲੋਕ ਇਸ ਬਿਮਾਰੀਆਂ ਦੇ ਨਾਲ ਔਰ ਇਸ ਚੀਜ਼ ਦੇ ਨਾਲ ਐਲਕੋਹਲ ਡਿਪੈਂਡੈਂਸ ਦੇ ਨਾਲ ਇਹ ਚੀਜ਼ਾਂ ਦੇ ਨਾਲ ਸਾਡੇ ਕੋਲ ਪ੍ਰੈਜੈਂਟ ਕਰ ਰਹੇ ਨੇ ਮੇਰਾ ਸੁਝਾ ਲੋਕਾਂ ਨੂੰ ਇਹੀ ਹੈ ਕਿ ਇਹ ਸਮਾ ਜਿਹੜਾ ਹੈ ਉਹ ਸੇਯਮ ਵਰਤਨ ਦਾ ਸਮਾ ਹੈ ਜੀ ਸਮਝ ਲਓ ਕਿ ਅ ਟਾਈਮ ਖਰਾਬ ਜਿਹੜਾ ਚੱਲ ਰਿਹਾ ਹੈਗਾ ਤਾਂ ਚੰਗਾ ਸਮਾਂ ਵੀ ਆਏਗਾ ਅਸੀਂ ਫੇਰ ਮੋੜ ਆਪਣਾ ਜੀਵਨ ਜਿਹੜਾ ਹੈਗਾ ਸਹੀ ਟੈਕਨੀਕ ਦੇ ਨਾਲ ਔਰ ਸਹੀ ਤਰੀਕੇ ਦੇ ਨਾਲ ਅਸੀਂ ਆਪਣੀ ਜਿਹੜੀ ਲਾਈਨ ਹੈਗੀ ਆ ਉਸ ਦੇ ਅੰਦਰ ਆਪਾਂ ਅੱਗੇ ਫੇਰ ਵਧਾਂਗੇ ਪਰ ਇਹ ਸਮਾਂ ਸੰਯਮ ਰੱਖਣ ਦਾ ਸਮਾਂ ਹੈਗਾ ਔਰ ਆਪਣੇ ਆਪ ਨੂੰ ਇਹ ਸਾਰੀ ਜਿਹੜੀਆਂ ਸਮੱਸਿਆਵਾਂ ਤੋਂ ਪ੍ਰੋਟੈਕਟ ਕਰਨ ਦਾ ਜਿਹੜਾ ਸਮਾਂ ਹੈਗਾ ਸੋ ਸੁਝਾਅ ਮੇਰਾ ਇਹ ਹੈ ਕਿ ਹੈਲਦੀ ਲਾਈਫ ਸਟਾਈਲ ਆਪਣਾ ਅਪਣਾਓ ਨੀਂਦ ਪ੍ਰੋਪਰ ਤੌਰ ਤੇ ਲਓ ਐਕਸਰਸਾਈਜ਼ ਵਯਮ ਇਹ ਰੈਗੂਲਰਲੀ ਕੀਤੇ ਜਾਣ ਔਰ ਜਿਹੜਾ ਆਪਣਾ ਅੱਛਾ ਲਾਈਫਸਟਾਈਲ ਫੈਮਿਲੀ ਦੇ ਨਾਲ ਜਿਹੜਾ ਹੈ ਉਹ ਮੇਨਟੇਨ ਕੀਤਾ ਜਾਏ ਸ਼ਰਾਬ ਨਸ਼ੇ ਇਹਨਾਂ ਦੀ ਵਰਤੋਂ ਜਿਹੜੀ ਹੈਗੀ ਹੈ ਉਹ ਨਾ ਕੀਤੀ ਜਾਏ ਤਾਂ ਜੋ ਸਟ्रेस ਔਰ ਉਸ ਦੇ ਨਾਲ ਰਿਲੇਟਡ ਪ੍ਰੋਬਲਮਸ ਜਿਹੜੀਆਂ ਆ ਸਾਡੇ ਸ਼ਰੀਰ ਨੂੰ ਔਰ ਦਿਮਾਗ ਨੂੰ ਪ੍ਰਭਾਵ ਨਾ ਪਾ ਸਕਣ ਸੋ ਇਸ ਸਮੇਂ ਦੇ ਉੱਤੇ ਮੈਂ ਸਾਰਿਆਂ ਦੀ ਕੋਆਪਰੇਸ਼ਨ ਚਾਹੂੰਗਾ ਸਾਰੇ ਲੋਕਾਂ ਤੋਂ ਇਹ ਉਮੀਦ ਰੱਖਦਾ ਹਾਂ ਕਿ ਇਹ ਹੈਲਦੀ ਲਾਈਫਸਟਾਈਲ ਨੂੰ ਫੋਲੋ ਕਰਕੇ ਉਹ ਆਪਣੀ ਲਾਈਫ ਨੂੰ ਜਿਹੜਾ ਹੈਗਾ ਬੈਕ 온 ਟ੍ਰੈਕ ਲੈ ਕੇ ਆਉਣਗੇ ਡਾਕਟਰ ਸਾਹਿਬ ਤੁਸੀਂ ਡਿਪਰੈਸ਼ਨ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਆਈ ਹੈ ਲੋਕ ਵਕੈ ਡਰੇ ਹੋਏ ਨੇ ਉਹ ਸਰ ਇਹਦਾ ਸੋਲੂਸ਼ਨ ਕਦੋਂ ਨਿਕਲੇਗਾ ਕਿੰਨਾ ਕੁ ਟਾਈਮ ਹੋਰ ਲੱਗ ਜਾਣਾ ਹੈ ਤੁਹਾਡੇ ਮੁਤਾਬਕ ਅ ਦੇਖੋ ਦੋਈ ਸੋਲਿਊਸ਼ਨਸ ਹੋ ਸਕਦੇ ਨੇ ਇਸ ਬਿਮਾਰੀ ਤੇ ਇੱਕ ਸੋਲਿਊਸ਼ਨ ਤਾਂ ਇਹ ਹੈਗਾ ਕਿ ਲੋਕਾਂ ਦੇ ਅੰਦਰ ਹਰਡ ਇਮਿਊਨਿਟੀ ਜਿਹੜੀ ਹੈਗੀ ਹੈ ਕਿ ਇੱਕ ਦੂਸਰੇ ਤੋਂ ਥੋੜੀ ਜੀ ਇਨਫੈਕਸ਼ਨ ਹੋਈ ਔਰ ਉਸ ਦੇ ਅਗੇਂਸਟ ਬਾਡੀ ਨੇ ਫਾਈਟ ਕਰਕੇ ਹਰਡ ਇਮਿਊਨਿਟੀ ਬਣਾ ਲਈ ਸੋ ਇੱਕ ਸੋਲਿਊਸ਼ਨ ਜਿਹੜਾ ਹੈਗਾ ਉਹ ਹਰਡ ਇਮਿਊਨਿਟੀ ਹੈਗਾ ਦੂਸਰਾ ਜਿਹੜਾ ਸੋਲਿਊਸ਼ਨ ਹੈਗਾ ਉਹ ਹੈਗਾ ਕਿ ਇਹਦੀ ਜਿਹੜੀ ਵੈਕਸੀਨ ਹੈਗੀ ਹੈ ਉਹ ਬਣ ਜਾ ਹੁਣ ਵੈਕਸੀਨ ਕੁਝ ਕੰਟਰੀਸ ਤਾਂ ਕਹਿੰਦੇ ਨੇ ਕਿ ਸਾਡੇ ਕੋਲ ਜਿਵੇਂ ਰਸ਼ੀਆ ਹੈਗਾ ਔਰ ਕੰਟਰੀਸ ਹੈਗੇ ਜੀ ਵੈਕਸੀਨ ਸਾਡੀ ਬਣ ਗਈ ਹੋਈ ਹੈ ਜਾਂ ਇੰਡੀਆ ਦੇ ਅੰਦਰ ਕਹਿੰਦੇ ਨੇ ਕਿ ਅਜੇ 70 ਡੇਜ਼ ਹੋਰ ਲੱਗਣਗੇ ਜੀ ਵੈਕਸੀਨ ਬਣਾਉਣ ਦੇ ਲਈ ਸੋ ਇਸ ਚੀਜ਼ ਤੇ ਡਿਪੈਂਡ ਨਹੀਂ ਕੀਤਾ ਜਾ ਸਕਦਾ ਕਿਹੜੀ ਚੀਜ਼ ਦੇ ਉੱਤੇ ਡਿਪੈਂਡ ਕੀਤਾ ਜਾ ਸਕਦਾ ਉਹ ਹੈਗਾ ਕਿ ਆਪਣਾ ਲਾਈਫ ਸਟਾਈਲ ਹੈਲਦੀ ਰੱਖਣ ਜਿਵੇਂ ਮੈਂ ਕਿਹਾ ਨਿਊਟ੍ਰੀਸ਼ੀਅਸ ਡਾਈਟਸ ਲੈਣ ਐਕਸਰਸਾਈਜ਼ ਰੈਗੂਲਰਲੀ ਕਰਨ ਔਰ ਜਿਹੜਾ ਹੈਗਾ ਇਸ ਚੀਜ਼ ਦੇ ਦੁਸ਼ ਪ੍ਰਭਾਵ ਤੋਂ ਜਿਹੜਾ ਹੈਗਾ ਉਹ ਬਚਾ ਰੱਖਣ ਆਪਣਾ ਔਰ ਆਪਣੇ ਆਲੇ ਦੁਆਲੇ ਲੋਕਾਂ ਦਾ ਡਾਕਟਰ ਸਭ ਕਰੋਨਾ ਮਹਾਮਾਰੀ ਦੇ ਵਿੱਚ ਨਾ ਜਿਆਦਾ ਪ੍ਰੋਬਲਮ ਜਿਹੜੀ ਹੈ ਸਾਹ ਦੀ ਆ ਰਹੀ ਹੈ। ਔਰ ਸਾਡੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਵਿਕਸ਼ ਵੀ ਬਹੁਤ ਘਟ ਗਏ 50% ਦੀ ਘਾਟ ਹੈ ਬਹੁਤ ਜ਼ਿਆਦਾ। ਕਿ ਜੇ ਅਸੀਂ ਪੌਦੇ ਲਗਾਣੇ ਆ ਅਨ ਵਾਲੇ ਸਮੇਂ ਚ ਉਹਦੇ ਨਾਲ ਕੁਝ ਫਰਕ ਪੈਂਦਾ ਡਾਕਟਰ ਸਭ। ਇਹਦਾ ਡਾਇਰੈਕਟ ਲਿੰਕ ਕਰੋਨਾ ਮਹਾਮਾਰੀ ਦੇ ਨਾਲ ਤੇ ਨਹੀਂ ਹੈ। ਪਰ ਵਿਕਸ਼ ਵੈਸੇ ਲਗਾਉਣੇ ਚਾਹੀਦੇ ਆ ਆਪਣੇ ਆਲੇ ਦੁਆਲੇ ਦਾ এনवायरमेंट ਜਿਹੜਾ ਹੈਗਾ ਉਹਨੂੰ ਠੀਕ ਰੱਖਣਾ ਚਾਹੀਦਾ ਹੈਗਾ। ਤਾਜੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਵੀ ਅੱਛੇ ਇੱਕ এনਵਾਇਰਨਮੈਂਟ ਦਾ ਔਰ ਅੱਛੇ ਐਟਮਾਸਫੇਅਰ ਦਾ ਜਿਹੜਾ ਆਨੰਦ ਉਹ ਮਾਣ ਸਕਿਆ ਡਾਕਟਰ ਸਾਹਿਬ ਅਸੀਂ ਆਮ ਤੌਰ ਤੇ ਦੇਖਦੇ ਹਾਂ ਇੱਕ ਬੰਦਾ ਬਹੁਤ ਜ਼ਿਆਦਾ ਸੈਰ ਕਰ ਰਿਹਾ ਬਿਲਕੁਲ ਫਿਟ ਹੈ ਤੇ ਸਿਰੇ ਜਦੋਂ ਸੁੱਟਾ ਡੇ ਕੋਈ ਹਾਸਾ ਹੋ ਜਾਂਦਾ ਹੈ ਇਹਦੇ ਰਕਸਾ ਕੁਝ ਕਾਰਨ ਹੁੰਦੇ ਤੁਸੀਂ ਦੱਸ ਸਕਦੇ ਹੋ ਲੋਕਾਂ ਨੂੰ ਅਵੇਅਰ ਕਰ ਸਕਦੇ ਹੋ ਜਿਹੜੀ ਗੱਲ ਆਪਾਂ ਕਰ ਰਹੇ ਹੈਗੀਆਂ ਪ੍ਰੋਬੇਬਲੀ ਆਪਾਂ ਬ੍ਰੇਨ ਦੇ ਕਲੌਟਸ ਔਰ ਜਿਹੜੀ ਇਹਨਾਂ ਚੀਜ਼ਾਂ ਦੀ ਸਟ੍ਰੋਕਸ ਦੀ ਗੱਲ ਕਰ ਰਹੇ ਹਾਂ ਸੋ ਸਟ੍ਰੋਕਸ ਜਿਹੜੀਆਂ ਹੈਗੀਆਂ ਨੇ ਉਹਦੇ ਕਾਫੀ ਕਾਰਨ ਹੁੰਦੇ ਉਹਦੇ ਚ ਇੱਕ ਕਾਮਨ ਕੌਜ਼ ਜਿਹੜਾ ਹੈਗਾ ਉਹ ਹੈਗਾ ਕਲੌਟ ਦਾ ਬੋਡੀ ਦੇ ਕਿਸੇ ਪਾਰਟ ਚੋਂ ਬ੍ਰੇਨ ਤੱਕ ਜਾਂ ਹਾਰਟ ਤੱਕ ਚਲੇ ਜਾਣਾ ਸੋ ਹਾਰਟ ਦੇ ਥਰੂ ਇਹ ਬ੍ਰੇਨ ਤੱਕ ਜਦੋਂ ਕਲੌਟ ਜਾਂਦਾ ਹੈ ਤਾਂ ਫਿਰ ਉਹਦੇ ਨਾਲ ਇੱਕਦਮ ਬ੍ਰੇਨ ਜਿਹੜਾ ਹੈ ਉਹ ਸ਼ੌਕ ਚ ਚਲੇ ਜਾਂਦਾ ਔਰ ਉਹਦੇ ਕਰਕੇ ਕਈ ਵਾਰੀ ਡੈਥ ਵੀ ਹੋ ਜਾਂਦੀ ਹੈ ਅਗਰ ਲਾਰਜ ਇਨਫਾਰਕਟ ਹੈਗਾ ਤਾਂ ਬੰਦਾ ਨਹੀਂ ਨਹੀਂ ਸਰਵਾਈਵ ਕਰਦਾ ਹੈਗਾ ਸੋ ਇਹਦਾ ਜਿਹੜਾ ਹੈਗਾ ਕਿ ਸਾਨੂੰ ਜਿਹੜਾ ਕੁਝ ਟਾਈਮ ਜਿਹੜਾ ਬੈਠਣਾ ਚਾਹੀਦਾ ਸਵੇਰੇ ਉੱਠ ਕੇ ਕਰਮ ਪਾਣੀ ਵਗੈਰਾ ਉਹ ਚੀਜ਼ ਦਾ ਸੇਵਨ ਕਰਨਾ ਚਾਹੀਦਾ ਹੈ ਔਰ ਇੱਕਦਮ ਜਿਹੜੀ ਬੋਡੀ ਦੀ ਸਰਕੂਲੇਸ਼ਨ ਹੈ ਉਸ ਨੂੰ ਨਹੀਂ ਛੇੜਨਾ ਚਾਹੀਦਾ ਸੋ ਕਲੋਟਸ ਜਿਹੜੇ अर्ली ਮਾਰਨਿੰਗ ਕਲੋਟਸ ਆ ਕਹਿੰਦੇ ਨੇ ਉਹ ਕਾਮਨ ਨੇ ਥਰੋਮਬੋਸਿਸ ਉਸ ਨੂੰ ਕਹਿੰਦੇ ਆ ਜਾਂ ਸੈਰੀਬਰੋ ਵੈਸਕੂਲਰ ਐਕਸੀਡੈਂਟਸ ਕਹਿੰਦੇ ਹੋਣਾ ਚੀਜ਼ਾਂ ਨੂੰ ਸੋ ਇਹ ਚੀਜ਼ਾਂ ਬਹੁਤ ਕਾਮਨ ਨੇ ਪਰ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਇਟਸ ਵਨ ਆਫ ਦੀ ਕਾਮਨ ਕਾਜ਼ਸ ਆਫ ਸਟ੍ਰੋਕ ਸੋ ਇਹਨਾਂ ਚੀਜ਼ਾਂ ਦੇ ਅੰਦਰ ਇਹ ਹੈਗਾ ਕਿ ਰੈਗੂਲਰ ਐਕਸਰਸਾਈਜ਼ ਜਿਹੜਾ ਬੰਦਾ ਕਰਦੇ ਰਹਿੰਦਾ ਉਹਨਾਂ ਦੇ ਅੰਦਰ ਇਹ ਬਹੁਤ ਘੱਟ ਹੁੰਦੇ ਰੈਗੂਲਰ ਫਿਜ਼ੀਕਲ ਐਕਟੀਵਿਟੀ ਜਿਹੜਾ ਬੰਦਾ ਕਰਦਾ ਉਹਨਾਂ ਦੇ ਅੰਦਰ ਡਾਕਟਰ ਸਾਹਿਬ ਇਹ ਚੀਜ਼ਾਂ ਬਹੁਤ ਕਾਮਨ ਸੀ ਲੇਕਿਨ ਲੋਕਾਂ ਦੀ ਜ਼ਿੰਦਗੀ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਜਿਹੜੀਆਂ ਤੁਸੀਂ ਲੋਕਾਂ ਨੂੰ ਅਵੇਅਰ ਕੀਤਾ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਮੈਂ ਅੰਮ੍ਰਿਤਸਰ ਪੇਜ ਵੱਲੋਂ ਮਹਿੰਮ ਜਿਹੜੀ ਚਲਾਈ ਜਾ ਰਹੀ ਹੈਗੀ ਆ ਉਸ ਦਾ ਵੀ ਬੜਾ ਐਪਰੀਸ਼ੀਏਟ ਕਰਦਾ ਹਾਂ ਉਸ ਚੀਜ਼ ਨੂੰ ਜਿਹੜੀ ਤਰਕਤ ਲਗਾਣ ਦੀ ਔਰ ਜਿਹੜੀ ਅਵੇਅਰਨੈਸ ਕੈਂਪੇਨਸ ਤੁਸੀਂ ਲੋਕ ਚਲਾ ਰਹੇ ਹੋ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਥੈਂਕ ਯੂ ਸੋ ਮਚ ਥੈਂਕ ਯੂ ਜੀ